ਬੇਬੇ ਆਪਣੀ ਬੇਰੀ ਆਹ ਬਹੁਤ ਵੱਡੀ ਹੋ ਗਈ, ਇਹਨੂੰ ਵੱਢਣਾ ਦਵਾਂ ਜਾਂ ਜੜੋਂ ਹੀ ਪੱਟਦਾ? ਓਹੋ ਪੁੱਤ ਤੈਨੂੰ ਕੀ ਕਹਿੰਦੀ ਹੈਗੀ, ਨਾਲੇ ਤਾਂ ਛਾਂ ਹੋ ਜਾਂਦੀ ਆ, ਨਾਲੇ ਡੰਗਰ ਬੰਨੇ ਜਾਂਦੇ ਇਹਦੇ ਥੱਲੇ। ਬੇਬੇ ਇਹਨੇ ਮੇਰੀ ਇੱਕ ਦਿਨ ਪੱਗ ਲੀਰੋ ਲੀਰ ਕਰਤੀ, ਡਾਣੀਆਂ ਬਹੁਤ ਫੈਲ ਰਹੀਆਂ ਇਹਦੀਆਂ, ਹੁਣ ਤਾਂ ਆਉਂਦੇ ਜਾਂਦੇ ਆਉਂਦੇ ਅੱਖਾਂ 'ਚ ਵੀ ਵੱਜਦੀਆਂ ਨੇ। ਸਿੰਮੀ ਅੱਜ ਤੋਂ ਬਹੁਤ ਲੇਟ ਹੋ ਗਿਆ ਆਪਾਂ, ਕਿੰਨਾ ਟਾਈਮ ਹੋ ਗਿਆ। ਹੋਰ ਨਾਲੇ ਮੇਰੀ ਗੱਲ ਸੁਣ, ਅੱਜ ਨਾ ਮੇਰੇ ਤੋਂ ਨੋਟਸ ਲੈ ਕੇ ਹੀ ਜਾਈ। ਠੀਕ ਆ ਠੀਕ ਆ ਨਾ, ਨਾਲੇ ਘੁੱਟ ਚਾਹ ਦੀ ਪੀਜੀ। ਘੁੱਟ ਨਾ ਕਿੱਥੇ ਸਰਦਾ ਮੇਰਾ, ਮੈਂ ਤਾਂ ਗਲਾਸ ਡੱਕ ਕੇ ਪੀਊ ਚਾਹ ਦਾ। ਉਹ ਜਿੰਨੀ ਮਰਜ਼ੀ ਪੀ ਲਈ, ਬਥੇਰੀ ਬਣਾ ਕੇ ਰੱਖੀ ਹੋ ਮੇਰੇ ਬੇਬੇ ਨੇ। ਚੱਲ ਲਾ ਗਈ ਨਾ ਮੇਰੀਆਂ ਧੀਆਂ ਪੜ ਕੇ, ਹੁਣ ਤਾਂ ਬੇਬੇ ਇਹਨਾਂ ਵਾਸਤੇ ਵਧੀਆ ਘਰਵਾਰ ਲੱਭ ਕੇ ਇਹਨਾਂ ਦਾ ਵਿਆਹ ਕਰ ਦਈਏ। ਨਾ ਵੀ ਅਸੀਂ ਨਹੀਂ ਅਜੇ ਵਿਆਹ ਕਰਾਉਣਾ, ਅਸੀਂ ਤਾਂ ਪੜ੍ਹ ਲਿਖ ਕੇ ਨੌਕਰੀ ਲੱਗ ਕੇ ਫਿਰ ਵਿਆਹ ਕਰਾਵਾਂਗੇ। ਉਹ ਨੌਕਰੀਆਂ ਨੌਕਰੀਆਂ ਦਾ ਕਿਹੜੀਆਂ ਮਿਲਦੀਆਂ ਨੇ ਭਾਈ? ਲੈ ਵੀਰੇ ਜੇ ਪੜ੍ਹਾਈ ਵਧੀਆ ਕੀਤੀ ਹੋਵੇ ਨਾ ਨੌਕਰੀ ਆਪੇ ਮਿਲ ਜਾਂਦੀ ਹੈ। ਐਤਕੀ ਨਾ ਤੁਹਾਡੀਆਂ ਪੂਰੀਆਂ 12 ਹੋ ਗਈਆਂ ਗੀਆਂ, ਜੇ ਤੁਹਾਨੂੰ ਨੌਕਰੀ ਕਰਾਉਣੀ ਹੋਈ ਨਾ ਤਾਂ ਸਹੁਰੇ ਤੁਹਾਡੇ ਆਪੇ ਪੜ੍ਹਾ ਲੈਣਗੇ। ਲੈ ਬੇਬੇ ਸਹੁਰੇ ਸਹੁਰੇ ਨਹੀਂ ਵਿਆਹ ਤੋਂ ਵੱਧ ਪੜ੍ਹਾਉਂਦੇ ਹੈਗੇ, ਫਿਰ ਤਾਂ ਕਬੀਲਦਾਰੀ ਪੈ ਜਾਂਦੀ ਹੈ ਸਿਰ 'ਤੇ। ਪੜ੍ਹਾਈ ਤਾਂ ਬੇਬੇ ਮਾਂ ਬਾਪ ਦੇ ਸਿਰ 'ਤੇ ਹੁੰਦੀ ਆ, ਅਤੇ ਜਦੋਂ ਤੱਕ ਸਾਨੂੰ ਪੜ੍ਹ ਲਿਖ ਕੇ ਨੌਕਰੀ ਨਾ ਮਿਲਦੀ ਅਸੀਂ ਵਿਆਹ ਬਾਰੇ ਸੋਚਣਾ ਵੀ ਨਹੀਂ। ਹਾਲੇ ਸਿੰਮੀ ਤੂੰ ਚਾਹ ਪੀ ਲੈ, ਬੇਬੇ ਦੀਆਂ ਤਾਂ ਗੱਲਾਂ ਹੀ ਨਹੀਂ ਮੁੱਕਣੀਆਂ। ਹੋਰ ਕੀ, ਨਾਲੇ ਮੈਂ ਵੀ ਲੇਟ ਹੋ ਰਹੀ ਹਾਂ ਬੇਬੇ, 2 ਮਿੰਟ ਵੀ ਲੇਟ ਹੋ ਜਾਣਾ ਤਾਂ ਬੇਬੇ ਬਾਪ ਨੂੰ ਹੋਲ ਪੈਣ ਲੱਗ ਜਾਂਦੇ ਆ। ਹਾਂ ਪੁੱਤ, ਜਵਾਨਤੀ ਪੁੱਤ ਦਾ ਨਾ ਮਾਪਿਆਂ ਨੂੰ ਫਿਕਰ ਹੋ ਹੀ ਜਾਂਦਾ। ਚੱਲ ਪਿੰਕੀ ਤੂੰ ਵੀ ਮੈਨੂੰ ਨੋਟਸ ਲਿਆ ਦੇ, ਇਹ ਨਾ ਹੋਵੇ ਗੱਲਾਂ ਗੱਲਾਂ 'ਚ ਮੈਂ ਇੱਥੇ ਹੀ ਭੁੱਲ ਜਾ। ਹਾਂ ਲਿਆ ਦਿੰਦੀ ਆ, ਮੈਂ ਤਾਂ ਭੁੱਲ ਹੀ ਗਈ ਸੀ। ਠੀਕ ਆ। ਹਾਲੇ ਸਿੰਮੀ ਨੋਟਸ ਇਹਦੇ 'ਚ ਨੇ ਸਾਰੇ। ਚੱਲ ਠੀਕ ਹੈ ਫਿਰ ਮੈਂ ਚੱਲਦੀ ਹਾਂ। ਠੀਕ ਹੈ, ਧਿਆਨ ਨਾਲ ਜਾਈ। ਹਾਂ ਠੀਕ ਹੈ। ਹੋਰ ਪੜ੍ਹਾਈ ਤਾਂ ਵਧੀਆ ਚੱਲਦੀ ਆ? ਹਾਂ ਵੀਰੇ ਪੜ੍ਹਾਈ ਤਾਂ ਬਹੁਤ ਵਧੀਆ ਚੱਲ ਰਹੀ ਹੈ। ਦੇਖ ਪਿੰਕੀ, ਪੜ੍ਹਾਈ ਜਿੰਨੀ ਮਰਜ਼ੀ ਕਰ ਲਓ ਪਰ ਜਵਾਨੇ ਤੋਂ ਬਚ ਕੇ ਰਹੋ, ਜਵਾਨਾ ਬਹੁਤ ਖਰਾਬ ਆ। ਲੈ ਵੀਰੇ ਤੂੰ ਤਾਂ ਉਹੀ ਟੈਨਸ਼ਨ ਲਈ ਜਾਂਦਾ, ਜਵਾਨਾ ਕੀ ਮੈਨੂੰ ਮੂੰਹ 'ਚ ਪਾ ਲੂਗਾ। ਪੁੱਤ ਆਪਣੀ ਪਿੰਕੀ ਤਾਂ ਬਹੁਤ ਸਿਆਣੀ ਹੈ, ਕੀ ਸਿਆਣੀ ਤਾਂ ਸਿੰਮੀ ਵੀ ਆ। ਉਹ ਬੇਬੇ ਇਹ ਤਾਂ ਸਿਆਣੀਆਂ ਨੇ ਪਰ ਬਾਹਰ ਮਾੜੀ ਸੰਗਤ ਟੱਕਰ ਜਾਂਦੀ ਹੈ, ਬਸ ਬੁਰੇ ਲੋਕਾਂ ਤੋਂ ਬਚ ਕੇ ਰਹੋ ਫਿਰ ਜਿੰਨਾ ਮਰਜ਼ੀ ਪੜ੍ਹ ਲਿਓ। ਵੀਰੇ ਤੁਸੀਂ ਬਿਲਕੁਲ ਫਿਕਰ ਨਾ ਕਰੋ, ਮੇਰਾ ਸਾਰਾ ਧਿਆਨ ਪੜ੍ਹਾਈ 'ਚ ਹੀ ਹੈ, ਮੈਂ ਅਜੇ ਕੰਮਾਂ 'ਚ ਨਹੀਂ ਹੈਗੀ ਅਤੇ ਨਾ ਮੈਂ ਪੈਣਾ। ਪੁੱਤ ਜੇ ਪੜ੍ਹ ਲਿਖ ਕੇ ਨੌਕਰੀ ਲੱਗ ਜਾਊਂਗੀਆਂ ਤਾਂ ਵਧੀਆ ਰਹੂੰਗੀਆਂ, ਨਹੀਂ ਮੇਰੇ ਵਾਂਗੂ ਚੁੱਲ੍ਹੇ 'ਚ ਫੁੱਕਾਂ ਮਾਰੀ ਜਾਊਂਗੀਆਂ। ਨਾ ਬੇਬੇ ਤੂੰ ਵੀ ਟੈਨਸ਼ਨ ਨਾ ਲੈ, ਨਾਲੇ ਵੀਰੇ ਅਸੀਂ ਸੋਚਦੇ ਹਾਂ ਵੀ ਪਲੱਸ ਟੂ ਸਾਡੀ ਹੁਣ ਹੋਣ ਵਾਲੀ ਹੈ, ਵੀ ਪਲੱਸ ਟੂ ਤੋਂ ਬਾਅਦ ਕੋਰਸ ਕੀ ਕਰਨਾ, ਵੀ ਅਸੀਂ ਆਈਲੈਟਸ ਨਾ ਕਰ ਲਈਏ? ਹਾਂ ਦੇਖ ਲਓ ਜਿਵੇਂ ਤੁਹਾਨੂੰ ਸਹੀ ਲੱਗਦਾ। ਵੀਰੇ ਤੂੰ ਤਾਂ ਵਧੀਆ ਰਹਿ ਗਿਆ, ਬਾਪੂ ਵਾਲੀ ਨੌਕਰੀ ਤੇ ਕਬਜ਼ਾ ਕਰ ਲਿਆ, ਮੈਂ ਤੈਨੂੰ ਜ਼ਿਆਦਾ ਪੜ੍ਹਾਈ ਕਰਨੀ ਪਈ ਨਾ ਟੈਸਟ ਦੇਣੇ ਪਏ। ਨਾ ਤੈਨੂੰ ਮੈਂ ਅਨਪੜ੍ਹੇ ਲੱਗਦਾ, ਗ੍ਰੈਜੂਏਸ਼ਨ ਕੀਤੀ ਹੈ ਮੈਂ ਵੀ ਤਾਂ। ਲੈ ਉਹ ਤਾਂ ਮੈਨੂੰ ਪਤਾ, ਪਰ ਤੈਨੂੰ ਟੈਸਟ ਤਾਂ ਨਹੀਂ ਦੇਣੇ ਪਏ ਨਾ ਨੌਕਰੀ ਵਾਸਤੇ, ਨਾ ਕੋਈ ਕੋਰਸ ਕਰਨਾ ਪਿਆ। ਅੱਛਾ ਜੀ, ਤੈਨੂੰ ਮੇਰੀ ਨੌਕਰੀ ਤੋਂ ਜੈਲਸੀ ਹੁੰਦੀ ਹੋਣੀ ਫਿਰ। ਲੈ ਮੈਨੂੰ ਕਿਉਂ ਹੋਣੀ ਹੈ ਜੈਲਸ, ਮੈਂ ਤਾਂ ਵੈਸੇ ਹੀ ਕਹਿ ਰਹੀ ਹਾਂ। ਅੱਛਾ ਕੋਈ ਗੱਲ ਨਹੀਂ, ਤੂੰ ਵੀ ਵਧੀਆ ਪੜ੍ਹਾਈ ਕਰਿਆ ਕਰ, ਨੌਕਰੀ ਤਾਂ ਤੈਨੂੰ ਵੀ ਮਿਲੇ ਜਾਣੀ ਆ। ਨਾ ਵੀਰੇ ਮੈਂ ਨਹੀਂ ਨੌਕਰੀ ਨੁਕਰੀ ਕਰਦੀ, ਮੇਰਾ ਤਾਂ ਕੈਨੇਡਾ ਜਾਣ ਦਾ ਸੁਪਨਾ ਤੇ ਮੈਂ ਜਾ ਕੇ ਹਟੂੰਗੀ, ਆਈਲੈਟਸ ਕਰੂੰਗੀ ਮੈਂ ਤਾਂ ਬੇਬੇ। ਬੇਬੇ ਹਾਂ ਪੁੱਤ, ਬੇਬੇ ਮੇਰਾ ਰਿਜ਼ਲਟ ਆ ਗਿਆ, ਪੂਰੇ 82% ਨੰਬਰ ਆਏ ਨੇ। ਅੱਛਾ ਪੁੱਤ, ਫੇਰ ਤਾਂ ਤੂੰ ਇੱਥੇ ਕੋਈ ਕੋਰਸ ਕਰ ਲਈ ਪੁੱਤ। ਨਾ ਨਾ ਬੇਬੇ, ਕੋਰਸ ਕੋਰਸ ਨਹੀਂ ਕਰਨਾ, ਮੈਂ ਤਾਂ ਆਈਲੈਟਸ ਕਰੂੰਗੀ, ਆਈਲੈਟਸ ਕਰਕੇ ਕੈਨੇਡਾ ਜਾਊਂਗੀ। ਓਹੋ ਪੁੱਤ, 20-22 ਲੱਖ ਲੱਗੂਗਾ ਕੈਨੇਡਾ ਜਾਣ ਤੇ, ਫਿਰ ਤੇਰੇ ਵਿਆਹ ਤੇ ਲੱਗਣਗੇ, ਇੱਥੇ ਕਰ ਲੈ ਪੁੱਤ ਕੋਈ ਕੋਰਸ, ਇੰਨੇ ਪੈਸੇ ਕਿੱਥੋਂ ਲਾਵਾਂਗੇ। ਓਹ ਬੇਬੇ ਤੁਸੀਂ ਇੱਕ ਵਾਰੀ ਪੈਸਾ ਲਾ ਕੇ ਮੈਨੂੰ ਭੇਜ ਦਿਓ, ਬਾਹਰ ਜਾ ਕੇ ਮੈਂ ਆਪੇ ਬਥੇਰੇ ਪੈਸੇ ਕਮਾ ਲੈਣੇ ਆ। ਚੱਲ ਪੁੱਤ, ਤੇਰੇ ਭਰਾ ਨਾਲ ਸਲਾਹ ਕਰ ਲਾਂਗੇ, ਜਿਵੇਂ ਉਹ ਕਹੂਗਾ ਉਵੇਂ ਕਰ ਲਾਂਗੇ। ਠੀਕ ਹੈ ਬੇਬੇ, ਚੱਲ ਮੈਂ ਸਿੰਮੀ ਨੂੰ ਪੁੱਛ ਲਾਂ ਵੀ ਉਹਦੇ ਰਿਜ਼ਲਟ ਦਾ ਕੀ ਬਣਿਆ। ਪੁੱਛ ਲੈ ਪੁੱਤ ਫੋਨ ਕਰਕੇ। ਹੈਲੋ, ਹੋਰ ਸਿੰਮੀ ਕੀ ਹਾਲ ਹੈ, ਕੀ ਬਣਿਆ ਤੇਰੇ ਰਿਜ਼ਲਟ ਦਾ? ਮੈਂ ਤਾਂ ਯਾਰ ਫੇਲ ਹੋ ਗਈ, ਤੂੰ ਦੱਸ ਤੇਰਾ ਕੀ ਬਣਿਆ? ਯਾਰ ਤੂੰ ਗੱਪ ਨਾ ਮਾਰੀ ਜਾ, ਸੱਚੀ ਸੱਚੀ ਦੱਸ ਤੇਰੇ ਕਿੰਨੇ ਪਰਸੈਂਟ ਆਏ ਨੇ ਮਾਰਕਸ? ਪਹਿਲਾਂ ਤੂੰ ਦੱਸ ਤੇਰੇ ਕਿੰਨੇ ਆਏ ਨੇ? ਨਹੀਂ ਪਹਿਲਾਂ ਤੂੰ ਦੱਸ। ਮੇਰੇ 78% ਨੇ, ਤੂੰ ਦੱਸ ਤੇਰੇ ਕਿੰਨੇ ਆਏ ਨੇ?
मेरे 82% आए ने, देख लै तेरे नालों 4% वध लैगी मैं। चल बई तू तो हुशियार कुड़ी है, मैं तो नलायक हाँ, मैनू तो 78% ही बहुत ने, गौरमेंट कॉलेज तो एडमिशन मिल ही जानी है मैनू। वो नहीं नहीं अड़िए आपा कॉलेज नहीं लगना, आपा तो आईलेट्स करांगे। नहीं नहीं मैं तो बीए करनी है, और बीए करके ना बी एड करूँगी मैं तो। हूँ बीए कौन करता है, हूँ तो आईलेट्स का ट्रेंड है, आपा ना आईलेट्स करके कनेडा चलांगे। मैं नहीं जाना कनेडा, मैं तो इत्थे ठीक हाँ। तू तो अड़िए बाले पुराने ख्याल दी है, थोड़ी बहुती मॉडरेट हो अज के जमाने के हिसाब न। जमाना तो खुद डिगन नू कहूगा, फिर आपा थोड़ी डिगना है। देख तू मेरी सीधी होकर गल सुन, आपा शुरू तो लैके हुण तक कट्ठियां पढ़िया, तू चुप करके आईलेट्स की फीस भर दे, हुण भी आपा कट्ठियां नहीं पढ़ना। जे कट्ठे पढ़ना है तो तू बीए की फीस भर दे, फिर बीएड भी आपा कट्ठे कर लांगे। ओ नहीं यार मैं नहीं करनी बीए बीएड, ये तो बैकवर्ड कोर्स है, मैं तो आईलेट्स ही करूंगी। मैनू तो इंग्लिश बहुत औखी लगती है, तो आईलेट्स भी बहुत औखी होंगी है, मैं नहीं कर सकती। देख मेरी गल सुन, जो आप रोज रोज क्लासा लावे अपनी आप ही प्रैक्टिस हो जाऊगी। मैं तो अपने घरे गल कर ली, बस अज वीरे नाल भी सलाह कर लेनी है, तू भी अपने घरे गल कर ले, टेंशन ना ले, इंग्लिश आप नूं आपे आ जाऊगी। चल ठीक है फिर, मैं तेनू सोच के ते घरे सलाह करके दसूंगी। चल ठीक है दस दी मैनू सलाह करके। चंगा बाय। पप्पू मैं आईलेट्स ना कर ला, पिंकी भी आईलेट्स ही करूगी। ना पुत आईलेट नहीं करनी, तू बीए कर ले, आईलेट ते बाहर जाने ते पैसे बहुत लगदे ने। पप्पू तेरी कल्ली तां ती आ, की गल तू मेरे बाहर जाने ते पैसे भी नहीं ला सकदा। पुत तेरे भाई दा ही ब्याह करना है, ओते भी खर्चा होगा, इन्ने पैसे किथे ने अपने कोले। पप्पू जमीन वेच के भेज दे हां, मैं बाहर जाके पैसे कमा के फिर वध जमीन ले दूंगी। पुत बाहर जाके ना मुंडिया नूं नहीं जमीन बनदी, तू किथे जमीन ले देगी। पप्पू कुड़ियां केड़ा मुंडे नालों पैसे घट कमाउंदियां ने, तू तो एवं मारी जाना है, मैं लगता तू नहीं मनना, मैं तो बेबे ने जाके गल करती हूँ। सत श्री अकाल वीरे, अंदर ही है नहीं, बापू ना बाजार गए बैनेंगे, आने वाले ने। अच्छा चल कोई ना वीरे, मैं फिर आ जाऊंगी जदों आ गई। तू बैठ जाओ, आने वाले ने, तो और कौन गेड़ा लाएंगे। ठीक है वीरे, चल मैं वेट ही कर लेनी हूं। तेनो दिन सोनी हुंदी जांदी ओए, पर नीमी पाई बैठी आ, आंखें नहीं मलाउंदी, कहना पाला खचक निहाल कर दूं। वीरे सिम्मी तो आई नहीं, बहुत टाइम हो गया, चल मैं करदी हूं बाद च आ जाऊंगी। ले तो हुण आने वाले ने, तू जानू फिरदी आ नाले। पिंकी इक गल होर, मैनूं वीरा ना कहया कर। ले वीरा ने कहा और की, तेरे ना लिया के ना इधर उधर ना ले कर मेरा। ले कमाल है, वीरा कहना तेनू पसंद ही नहीं आया, चल मेनू की है, मैं ना ले लिया करूंगी। वैसे पिंकी तेरी उम्र कितनी होगी? उम्र तो मेरी 22 साल है। फिर तो तेरे फुल जवानी चढ़ी हुई आ, हैगी मेरे हाम दी वा। चल वीरे मैं सिम्मी आई ते आ जाऊंगी। तू ऐ कर यार, चाह बना लिया, नाले तू पी ली नाले मैं पी लूंगा, इन्ने सिम्मी आ जाणगे। नहीं मेनू घरे होर भी काम ने, मैं फिर ही आ जाऊंगी। ਆਪਣੇ ਭੈਣੋਂ ਨਹੀਂ ਯਾਰ ਆਈਲੈਟਸ ਕਰਨ ਨੂੰ ਕਹਿੰਦੀਆਂ ਸੀ, ਤੁਸੀਂ ਕੀ ਵਿਚਾਰ ਬਣਾਇਆ ਫਿਰ? ਅਸੀਂ ਤਾਂ ਸੋਚਦਾ ਯਾਰ ਬੀਏ ਕਰਵਾ ਦੇਣਾ। ਉਹ ਯਾਰ ਬੀਏ ਨੂੰ ਰਹਿਣ ਦਿਓ, ਤੁਸੀਂ ਵੀ ਆਈਲੈਟਸ ਦੀ ਫੀਸ ਹੀ ਭਰ ਦਿਓ ਸਿੰਮੀ ਦੀ, ਦੋਨਾਂ ਦਾ ਸਾਥ ਬਣਿਆ ਰਹੋ, ਇਕੱਠੀਆਂ ਚੱਲੀ ਆਇਆ ਕਰਨਗੀਆਂ। ਚਲੋ ਭਾਈ ਐਂ ਕਰਾਂਗੇ ਫਿਰ, ਅਸੀਂ ਵੀ ਆਈਲੈਟਸ ਦੀ ਫੀਸ ਭਰ ਦਾਂਗੇ। ਉਹ ਹੋਰ ਯਾਰ ਦੋਵਾਂ ਦਾ ਇਕੱਠੀਆਂ ਦਾ ਸਾਥ ਬਣਿਆ ਹੋਇਆ, ਇਕੱਠੀਆਂ ਚੱਲੀਆਂ ਆਇਆ ਕਰਨਗੀਆਂ। ਚਲੋ ਠੀਕ ਆ, ਆਪਾਂ ਚੱਲਿਓ ਨਾ ਫਿਰ ਇੱਕ ਦਿਨ। ਹਾਂ ਠੀਕ। ਕੀ ਗੱਲ ਸਿੰਮੀ, ਤੂੰ ਅਜੇ ਤੱਕ ਤਿਆਰ ਨਹੀਂ ਹੋਈ? ਮੈਂ ਠੀਕ ਨਹੀਂ, ਅੱਜ ਬਿਮਾਰ ਹਾਂ। ਏਦਾਂ ਕਰ ਤੂੰ ਇਕੱਲੀ ਚਲੇ ਜਾ। ਅੜੀਏ ਇਕੱਲੀ ਤਾਂ ਮੈਂ ਵੀ ਨਹੀਂ ਜਾਂਦੀ। ਪੁੱਤਾਂ ਕੰਮ ਇਹਦੇ ਪਿੱਛੇ ਛੁੱਟੀ ਕਰਨੀ ਆ, ਜਿਹੜਾ ਤੈਨੂੰ ਕੰਮ ਕਰਾਉਣਗੇ ਸਾਰੇ ਨੂੰ ਦੱਸਦੀ ਆ ਕੇ ਤੂੰ। ਮੇਰਾ ਸਹੀ ਕਹਿ ਰਿਹਾ, ਤੂੰ ਨਾ ਆਇਆ ਕਲਾਸ ਯਾਰ। ਨਹੀਂ ਯਾਰ ਮੇਰਾ ਇਕੱਲੀ ਤਾਂ ਜਾਣ ਨੂੰ ਜੀ ਨਹੀਂ ਕਰਦਾ ਉੱਥੇ। ਲੈ ਦੱਸ ਇਕੱਲੀ ਨੂੰ ਕੀ ਹੁੰਦਾ, ਇੱਕ ਤਾਂ ਬਿਮਾਰ ਹੈਗੀ ਆ, ਦੂਜੇ ਕਹੋ ਨਹੀਂ ਛੁੱਟੀ ਕਰਨੀ ਆ। ਚੱਲ ਠੀਕ ਹੈ ਫਿਰ, ਮੈਂ ਆਪਦੇ ਵੀਰੇ ਨੂੰ ਹੀ ਕਹਿ ਦਿੰਦੀ ਆ ਵੀ ਮੈਨੂੰ ਛੱਡ ਆਊਗਾ। ਬਸ ਅੱਡੇ ਮੈਂ ਛੱਡ ਆਉਣਾ, ਮੈਂ ਵੀ ਵਿਹਲਾ ਹੀ ਆ, ਮੈਂ ਉਧਰੇ ਜਾ ਰਿਹਾ ਹਾਂ। ਨਹੀਂ ਨਹੀਂ ਵੀਰੇ ਮੈਂ ਆਪੇ ਚੱਲ ਜੂੰਗੀ। ਲੈ ਵੀਰਾ ਕਹਿ ਤਾਂ ਰਿਹਾ ਕਿ ਉਹਨੇ ਉਧਰੇ ਜਾਣਾ ਤੇ ਨਾਲ ਤੈਨੂੰ ਵੀ ਛੱਡ ਆਊਗਾ। ਚੱਲ ਠੀਕ ਹੈ ਵੀਰੇ, ਤੁਸੀਂ ਛੱਡ ਆਓ ਮੈਨੂੰ। ਚੰਗਾ ਸਿੰਮੀ ਫਿਰ ਮੈਂ ਚੱਲਦੀ ਹਾਂ, ਤੂੰ ਆਪਦਾ ਖਿਆਲ ਰੱਖੀ। ਚੰਗਾ।
ਕੱਪੜੇ ਕਿੱਧਰ ਲੈ ਆਏ ਤੁਸੀਂ? ਰੋਡ ਤਾਂ ਉਧਰ ਹੈ। ਮੈਨੂੰ ਮੋਟਰ ਤੇ ਕੰਮ ਆ ਮੜਾ ਜਾਂ ਨਿੱਕਾ ਲਾਉਣਾ। ਆਪਾਂ ਚੱਲਦੇ ਆ ਫਿਰ। देख मेरी 10 बजे क्लास है, तू छेती मेनू लेके चल। ओ फिर की हुंदा यार, जे एक दिन लेट वग जेंगी मेनू यार बहुत पसंद आ। देख मैं हजे गल्लां बारे कदे कुछ सोचिया नहीं। चल फिर हुण सोच ला, मैं तेरे बारे बहुत कुछ सोची फिरदा। मेरा ना सिर्फ ते सिर्फ पढ़ाई च ध्यान है, मैं पढ़ लिख के कनेडा जाना, आ काम नहीं करने मैं। ओ चली जा यार कनेडा, मैं कर तन्नू रोक रिया। तू मेरी सीधी तरह गल सुन ले, तू मेनू छड्ड के आएगा कि मैं तुर के भाग जा? ओ यार सड आउणा, एड्डी किड्डी काली आ, पर मेरे अखा चखा पा के हां ना तो दस दे। देख मैं ना चक्करां च नहीं पैना, मेरी ना है। क्यों, मैं तन्नू पसंद नहीं? मेरे च कमी है कोई? गल पसंद जां ना पसंद दी नहीं है, गल मेरी मां-बाप दी इज्जत दी है, जो मैं रोलना नहीं चाहुंदी। मैं तैनूं कदों कहा भी इज्जत रोल? हले मैं कहड़ा किसे नूं दसणा यार, आपां चोरी चोरी मिल लिया करांगे। नहीं नहीं, मैनूं इहनां कम्मां तों बहुत डर लगदा, जे मेरे भाई नूं पता लग गया ना उहने मैनूं जानों मार देणा। मैं यार किसे नूं कुछ पता नहीं लगण दिंदा, तूं मेरे तों भरोसा तां रख मिठीए। देख मैं तैनूं लास्ट वारी कह रही हां, मैनूं चुपचाप छड्ड आ, मैं लेट हो रही हां। तूं की आ, तूं जाणा जाणा करी आ, तूं अज छुट्टी मार ला, बैठ के तूं प्यार दीआं गल्लां करदे आ। देख मैं प्यार दे चक्करां तों बहुत दूर आ, नाले मैं नहीं करनी है प्यार प्यूर दी गल्लां, तू मैनूं छड्ड के आ चुप करके। चल छड्डे छड्डे करे, चल बह जा यार छड्डे हुण। छड्ड के चल। पर इक गल सुन ना, मैनूं आ जा कर कदे मिल मोटर ते। तैनूं समझ नहीं आउंदी मैं की कह रही आ। चल ठीक आ यार। पढ़ाई तो वधिया ही कराउंदे होणगे, जे वधिया पढ़ाउणगे तां ही उहनां दी रेपुटेशन बणूगी। पढ़ाउंदे तां वधिया ही ने वीरे उह। अच्छा तूं अज किवें चुप कीती सी, अगे तां बहुत ज्यादा बोलदी हुंदी आ, की गल आ? जे कोई गल आ तेरे दिल च तां सानूं दस। हाँ पुत्त, मैनूं वी डर ही लगदी है, दस दे पुत्त, कोई तंग परेशान करदा तां तां दस। हाँ दस पिंकी, की गल आ, खुल के दस सानूं। नहीं वीरे, तुहानूं ऐ ही लगी जांदा, ऐ जी तां कोई गल नहीं हैगी। ਇਹ ਗੱਲ ਤਾਂ ਕੋਈ ਹੈਗੀ ਆ ਜਿਹੜਾ ਤੂੰ ਚੁੱਪ ਚੁੱਪ ਜੀ ਆ? ਦੇਖ ਪੁੱਤ, ਸਮਾਂ ਰਹਿੰਦੇ ਦੱਸਿਆ ਚੰਗਾ ਹੁੰਦਾ ਗਾ, ਜੇ ਵੇਲਾ ਲੰਘ ਜੇ ਫਿਰ ਹੱਥ ਨਹੀਂ ਆਉਂਦਾ। ਵੀਰੇ ਗੱਲ ਤਾਂ ਮੈਂ ਤੁਹਾਨੂੰ ਦੱਸਦਾ, ਪਰ ਪਹਿਲਾਂ ਮੇਰੇ ਨਾਲ ਵਾਅਦਾ ਕਰੋ ਵੀ ਮੇਰੀ ਗੱਲ ਸੁਣ ਕੇ ਤੁਸੀਂ ਹਾਈਪਰ ਨਹੀਂ ਆਉਂਗੇ ਅਤੇ ਗੁੱਸੇ 'ਚ ਆ ਕੇ ਕੋਈ ਗਲਤ ਸਟੈਪ ਨਹੀਂ ਚੁੱਕੋਗੇ ਜਿਹਦੇ ਨਾਲ ਆਪਣਾ ਘਰ ਬਰਬਾਦ ਹੋ ਜੇ। ਇਹੋ ਜਿਹੀ ਕਿਹੜੀ ਗੱਲ ਆ ਜਿਹਨੂੰ ਸੁਣ ਕੇ ਮੈਂ ਹਾਈਪਰ ਆਉਂਗਾ? ਤੂੰ ਜਲਦੀ ਦੱਸ, ਤੂੰ ਤਾਂ ਮੇਰਾ ਪਾਰਾ ਹੀ ਹਾਈ ਕਰਤਾ। ਨਹੀਂ ਵੀਰੇ, ਪਹਿਲਾਂ ਮੈਨੂੰ ਪ੍ਰੋਮਿਸ ਕਰੋ। ਕੋਈ ਮੁੰਡਾ ਪਸੰਦ ਆ ਗਿਆ ਹੋਣਾ, ਵਿਆਹ ਕਰਾਉਣਾ ਹੋਣਾ ਉਹਦੇ ਨਾਲ, ਇਹੀ ਕਹਿਣਾ ਚਾਹੁੰਦੀ ਆ ਤੂੰ? ਤਾਂ ਹੀ ਇਹਨਾਂ ਸੋਚ ਸੋਚ ਬੋਲ ਰਹੀ ਆ। ਭੇਜ ਦੇ, ਤੈਨੂੰ ਪੜ੍ਹਨਾ, ਤੂੰ ਮੁੰਡੇ ਪਸੰਦ ਕਰੀ ਜਾਂਦੀ ਆ, ਜੇ ਨਹੀਂ ਨੀਤ ਪੜ੍ਹਨ ਦੀ ਤਾਂ ਤੇਰਾ ਵਿਆਹ ਕਰਕੇ ਤੋੜ ਦਿੰਦੇ ਆ, ਕਿਉਂ ਸਾਡੇ ਝਾਟੇ ਖੇ ਪਾਈ ਆ? ਨਹੀਂ ਬੇਬੇ, ਤੂੰ ਗਲਤ ਸੋਚ ਰਹੀ ਹੈ, ਜੇ ਤੁਹਾਡੀ ਇੱਜ਼ਤ ਰੋਲ ਨਹੀਂ ਹੁੰਦੀ ਨਾ ਤਾਂ ਰੋਲ ਕੇ ਘਰ ਆਉਂਦੀ ਮੈਂ। ਪੁੱਤ ਫਿਰ ਗੱਲ ਕੀ ਹੈ, ਤੂੰ ਦੱਸ ਵੀ ਨਹੀਂ ਰਹੀ। ਬੇਬੇ ਉਹ ਸਿੰਮੀ ਦਾ ਭਾਈ ਨਹੀਂ ਹੈਗਾ, ਉਹ ਮੈਨੂੰ ਤੰਗ ਕਰਦਾ, ਮੈਨੂੰ ਕਹਿੰਦਾ ਮੈਨੂੰ ਇਕੱਲੀ ਮਿਲਣਾ ਆਇਆ ਕਰ, ਤੇ ਅੱਜ ਮੈਨੂੰ ਕਲਾਸ ਲਾਉਣ ਵੀ ਨਹੀਂ ਜਾਣ ਦੇ ਰਿਹਾ ਸੀ, ਮੈਂ ਕਈ ਦਿਨਾਂ ਤੋਂ ਨੋਟ ਕਰ ਰਹੀ ਹਾਂ, ਉਹ ਮੇਰੇ 'ਤੇ ਬੁਰੀ ਨਜ਼ਰ ਰੱਖਦਾ। ਉਹਦੀ ਐਡੀ ਹਿੰਮਤ, ਮੇਰੀ ਭੈਣ ਵੱਲ ਉਹਨੇ ਅੱਖ ਚੱਕ ਕੇ ਦੇਖਿਆ? ਨਹੀਂ ਨਹੀਂ, ਉਹ ਮੈਥੋਂ ਬਚਦਾ। ਨਹੀਂ ਵੀਰੇ, ਤੁਸੀਂ ਗੁੱਸੇ 'ਚ ਆ ਕੇ ਕੋਈ ਗਲਤ ਸਟੈਪ ਨਾ ਚੱਕਿਓ, ਆਪਣਾ ਘਰ ਪੱਟਿਆ ਜਾਊਗਾ, ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ। ਹਾਂ ਪੁੱਤ, ਠੰਡੇ ਦਿਮਾਗ ਤੋਂ ਕੰਮ ਲੈ, ਗੁੱਸੇ 'ਚ ਲਿਤੇ ਫੈਸਲਿਆਂ ਦੇ ਨਤੀਜੇ ਨਾ ਹਮੇਸ਼ਾ ਗਲਤ ਨਿਕਲ ਜਾਂਦੇ ਨੇ ਗੇ, ਨਾਲੇ ਆਪਣੀ ਕੁੜੀ ਸਹੀ ਆ, ਦੁਨੀਆ ਦਾ ਕੀ ਆ, ਦੁਨੀਆ ਤਾਂ ਬਹੁਤ ਕੁਛ ਕਹਿੰਦੀ ਆ। ਬੇਬੇ ਮੈਂ ਹਮੇਸ਼ਾ ਸਿੰਮੀ ਨੂੰ ਛੋਟੀ ਭੈਣ ਸਮਝਿਆ, ਪਰ ਉਹਨੇ ਤਾਂ ਆਪਣੀ ਕੁੜੀ ਤੇ ਗਲਤ ਨਿਗਾਹ ਰੱਖਣੀ ਸ਼ੁਰੂ ਕਰਤੀ, ਉਹ ਇੱਕ ਘਰ ਤਾਂ ਡੈਣ ਵੀ ਛੱਡ ਦਿੰਦੀ ਆ। ਦੇਖ ਵੀਰੇ,
जे तू गुस्से जाके कोई भी गलत फैसला लेगा ना सारे पिंड च मेरी बदनामी होगी लोगों ने कहना इन्हों की कुड़ी गलत होनी। हाँ पुत पिंकी की जमा सही गल हैगी बंदे समझाने के और भी बहुत तरीके ने गए जरूरी तो नहीं लोगों से जलूस ही क्ढा जाए नाले वीरे मैं उन्होंने कुड़ियों चो नहीं हैगी जी अपने भरावों सिर नीवा करके तुरन ला दें ने मैं तो थोड़ा सिर माण न उच्चा करना नाले वो कुड़ियाँ कह दी जो मुंडे का ऑफर ना ठुकरा सके मैंने थोड़ी इज्जत जान तो वध प्यारी है। तू चंगा किया जड़ा सानू दसता एदा भी कोई ना कोई हल कढ़ांगे। होर बेबे जे कुड़ियां गलती करन लगे आपदे घर दे बारे नहीं सोचदियां तां ही तां कुखां च कतल हुंदे ने नन्नियां जानां दे। उहदा हल तां मैं सोच लिया वी की करना तुसीं देखदे जाओ हुण मेरी स्कीम। मोटरसाइकिल किहदा खड़ा बेबे बापू दा गायब ने पर इह तां सिम्मी हुआ कल्ली फोन भी आ पिया किते सिमी साड़ी इज्जत वाल देखने तो पहला तेनू सौ बार सोचना चाहिए सी तेनू ऐ तू सुक्का चला जाएगा। वीरे एदी च एदी गलती नहीं है इनू मैं बुलाया सी ते जे मारना है ना तो गोली पहला मैनू मार। तेनू कड़ा ज्यों नहीं छड्डूंगा तेनू भी दसूं वी जिद कवे रोली दी आ। देख साडे तो गलती जिहड़ी होनी सी तां हो गई हुण सानू माफ कर दे। ओ काका जिहड़ा गलती कर दो पहला सोचदा वी किसे दी इज्जत रोलूंगा नतीजा की निकलू। वैसे गल तो तेरी जमा सही है बंदे नू गलती करन तो पहला सोचना चाहिए पर अफसोस सोचता कोई नहीं नाले मैनू तो अज पता लग्या भी तेनू भी इज्जत बारे काफी नॉलेज है। पर मैनू माफ कर दे मैं तेरे बारे पता नहीं इतना गलत किवें सोच गया सी। जे साडी कुड़ी तेरे बहकावे च आ जांदी साडी इज्जत तां मला दी सी तां मिट्टी च ना आप ते वारी बड़ी छेती तेनू इज्जत ज्यादा आ गई। पहला पिंड दे लोग ना कुड़ियां नू अपनी धीआं भैणां समझदे सी पर हुण तो जमाना ही गटकिया पिया मैनू तो शर्म आउंदी आ तेरे वर्गे लंडर नू अपना भाई कहिंदे आ। अज तां चंगी तरह समझ आ गई होनी भी भैण दी इज्जत भाई लई किन्नी कीमत रखदी आ।